ਜਿੰਨਾ ਲੋਕਾਂ ਨੇ ਪਸੰਦ ਕੀਤਾ ਸ਼ੈਂਪੀ ਉਹਨਾਂ ਨੇ ਕ੍ਰਿਟੀਸਾਈਜ਼ ਨਹੀਂ ਕੀ ਵੀ ਇਹ ਕੀ ਹੈ ਯਾ ਕੈਰੈਕਟਰ ਮਜ਼ਾਕ ਉਡਾ ਰਹੇ ਹੈ ਯਾ ਸਰਦਾਰਾਂ ਦਾ ਮੈਨੂੰ ਸਲਾਹਣ ਵਾਲੇ ਪਸੰਦ ਕਰਨ ਵਾਲੇ ਮੈਨੂੰ ਰਾਏ ਦੇਣ ਵਾਲੇ ਮੈਨੂੰ ਚੰਗੀ ਰਾਹ ਦੇਣ ਵਾਲੇ ਤੇ ਮੇਰੇ ਨਾਲ ਬਹਿਸ ਕਰਨ ਵਾਲੇ ਕਿੰਨੇ ਕੁ ਚੰਗੇ ਲੋਕ ਨੇ ਮੈਂ ਉਹਨਾਂ ਵੱਲ ਧਿਆਨ ਦਿੰਦਾ ਨਿੰਦਿਆ ਤੇ ਵਿਰੋਧ ਹੈ ਜਿਹੜਾ ਉਹ ਮੈਨੂੰ ਪਾਲਿਸੀ ਕਰਦਾ ਮੈਨੂੰ ਛਾਂਗਦਾ ਧੋਖੇ ਨੇ ਜਿਹੜੇ ਉਹ ਮੈਨੂੰ ਹੋਰ ਨਿਖਾਰਦੇ ਔਰ ਕੀ ਕਦ ਛੋਟਾ ਹੋਣ ਦੇ ਵਿੱਚ ਮੇਰਾ ਕਸੂਰ ਹੈ ਜਦ ਮੇਰਾ ਕੋਈ ਕਸੂਰ ਨਹੀਂ ਹੈ ਜਦੋਂ ਮੈਂ ਕਸੂਰਵਾਰ ਨਹੀਂ ਹਾਂ ਜਦੋਂ ਮੈਂ ਕੋਈ ਗਲਤ ਨਹੀਂ ਕੀਤਾ ਕੁਝ ਤਾਂ ਮੈਂ ਕਿਉਂ ਖਿੱਚ ਰਿਹਾ ਹਾਂ ਜਿੰਨਾ ਲੋਕਾਂ ਨੇ ਪਸੰਦ ਕੀਤਾ ਸ਼ੈਂਪੀ ਉਹਨਾਂ ਨੇ ਕ੍ਰਿਟੀਸਾਈਜ਼ ਨਹੀਂ ਕੀਤਾ ਕਿਤਨੇ ਕਿਤਨੇ ਲੋਕਾਂ ਨੇ ਇਹ ਚੀਜ਼ ਬੋਲੀ ਕਿ ਯਾਰ ਵੀ ਇਹ ਕਿਹੋ ਜਿਹਾ ਕੈਰੈਕਟਰ ਆ ਵੀ ਜਿਹੜਾ ਕਿ ਹੈਨਾ ਵੀ ਮਜ਼ਾਕ ਉਡਾ ਰਿਹਾ ਹੈ ਜਾਂ ਸਰਦਾਰਾਂ ਦਾ ਕਾਈਂਡ ਆਫ ਕਿਸੇ ਵੀ ਚੀਜ਼ ਨੂੰ ਲੈ ਕੇ ਬਟ ਤੁਸੀਂ ਕਦੀ ਇਸੇ ਜਵਾਬ ਨਹੀਂ ਦਿੱਤਾ ਤੁਸੀਂ ਹਮੇਸ਼ਾ ਆਪਣੇ ਆਪਣੇ ਜਿਹੜਾ ਕੰਮ ਹੈਗਾ ਉਹਦੇ 'ਤੇ ਫੋਕਸ ਰੱਖਿਆ ਨਾਲੇ ਉਹ ਲੋਕ ਚੁੱਪ ਵੀ ਹੋ ਗਏ ਜੀ ਜੀ ਉਹ ਲੋਕ ਚੁੱਪ ਵੀ ਹੋ ਗਏ ਸਾਇਲੈਂਟ ਨਹੀਂ ਤੁਹਾਡੀ ਬਿਆਨ ਕਰਤਾ ਬਟ ਮੈਂ ਜ਼ਰੂਰ ਜਾਨਣਾ ਚਾਹੂੰਗਾ ਕਿ ਪੋਜ਼ਿਟਿਵ ਤੇ 네ਗਟਿਵ ਚੀਜ਼ਾਂ ਜਦੋਂ ਨਾਲ-ਨਾਲ ਚੱਲਦੀਆਂ ਨੇ ਰਹਿਣੇ ਬਈ ਉਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਕਿਉਂਕਿ ਬਹੁਤ ਵੱਡਾ ਕੈਰੈਕਟਰ ਸੀਗਾ ਇਹ ਤੁਹਾਡਾ ਸ਼ੈਂਪੀ ਵਾਲਾ ਮੇਰੇ ਖਿਆਲ ਤੋਂ ਹਰ ਇੱਕ ਇਨਸਾਨ ਬੱਚੇ ਦੀ ਜ਼ੁਬਾਨ ਤੇ ਵੀ ਹੈਗਾ ਕਿ ਬਈ ਸ਼ੈਂਪੀ ਦਾ ਕੈਰੈਕਟਰ ਮੈਨੂੰ ਬਹੁਤ ਪਸੰਦ ਸੀ ਜੀ ਜੀ ਦੇਖੋ ਜਦੋਂ ਮੇਰਾ ਮਜ਼ਾਕ ਉਡਾਇਆ ਜਾਂਦਾ ਸੀ ਕਾਲਜ ਦੇ ਵਿੱਚ ਕੱਦ ਨੂੰ ਲੈ ਕੇ ਜਿੰਨੀ ਦੇਰ ਮੈਂ ਮਜ਼ਾਕ ਉਡਾਉਣ ਵਾਲਿਆਂ ਨੂੰ ਇੰਪੋਰਟੈਂਸ ਦਿੰਦਾ ਰਿਹਾ ਜਿੰਨੀ ਦੇਰ ਮੈਂ ਉਹ ਛੋਟੇ ਕੱਦ ਨੂੰ ਆਪਣੇ ਦਿਮਾਗ ਵਿੱਚ ਰੱਖਿਆ ਉੰਨੀ ਦੇਰ ਮੈਂ ਖਿੱਚਦਾ ਰਿਹਾ ਗੁੱਸੇ ਰਿਹਾ ਪੜਾਈ 'ਚ ਕਮਜ਼ੋਰ ਰਿਹਾ ਪਰ ਜਦੋਂ ਮੈਨੂੰ ਸਮਝ ਆ ਗਈ ਕਿ ਕੱਦ ਅਸਲ ਮਾਇਨੇ ਵਿੱਚ ਹੈ ਕੀ ਔਰ ਕੀ ਕਦ ਛੋਟਾ ਹੋਣ ਦੇ ਵਿੱਚ ਮੇਰਾ ਕਸੂਰ ਹੈ ਜਦ ਮੇਰਾ ਕੋਈ ਕਸੂਰ ਨਹੀਂ ਹੈ ਜਦ ਮੈਂ ਕਸੂਰवार ਨਹੀਂ ਹਾਂ ਜਦ ਮੈਂ ਕੋਈ ਗਲਤ ਨਹੀਂ ਕੀਤਾ ਕੁਝ ਤਾਂ ਮੈਂ ਕਿਉਂ ਖਿੱਚ ਰਿਹਾ ਤਾਂ ਮੈਂ ਕਿਉਂ ਗੁੱਸਾ ਕਰ ਰਿਹਾ ਮੇਰਾ ਟਾਰਗੇਟ ਫਿਰ ਆਪਣੀ ਪੜ੍ਹਾਈ ਵੱਲ ਆਪਣੀ ਜ਼ਿੰਦਗੀ ਵੱਲ ਹੋਣਾ ਚਾਹੀਦਾ ਤਾਂ ਮੈਨੂੰ ਇੱਕ ਦੋ ਬੰਦੇ ਉਹ ਵੀ ਦੇਖ ਲੈਣੇ ਚਾਹੀਦੇ ਨੇ ਮੇਰੇ ਪਿਓ ਨੇ ਨਹੀਂ ਮੈਨੂੰ ਕਦੇ ਕਿਹਾ ਤੇਰਾ ਕਦ ਛੋਟਾ ਮੇਰੀ ਮਾਂ ਨੇ ਮੇਰੇ ਭੈਣਾਂ ਨੇ ਨਹੀਂ ਕਿਹਾ ਕਿ ਤੇਰਾ ਕੰਦੇ ਛੋਟਾ ਤੇ ਚਾਰ ਜਾਣੇ ਤਾਂ ਹੈਗੇ ਨੇ ਜਿਹੜੇ ਮੈਨੂੰ ਐਪਰੀਸ਼ੀਏਟ ਕਰਨ ਵਾਲੇ ਨੇ ਜਦੋਂ ਉਹ ਚਾਰ ਜਾਣਿਆਂ ਵੱਲ ਦੇਖਣਾ ਸ਼ੁਰੂ ਕੀਤਾ ਤਾਂ ਦਾ ਰਿਜ਼ਲਟ ਚੰਗੇ ਆਉਣੇ ਸ਼ੁਰੂ ਹੋਏ ਤਾਂ ਦਾ ਰਾਣਾ ਕਿਤਾਬਾਂ ਵੱਲ ਜੁੜਿਆ ਤਾਂ ਦਾ ਰਾਣੇ ਨੇ ਥੀਏਟਰ ਵੱਲ ਕੰਮਾ ਸ਼ੁਰੂ ਕੀਤਾ ਫਿਰ ਜਿਹੜੇ ਕਾਤ ਦਾ ਮਜ਼ਾਕ ਉਡਾਉਂਦੇ ਸੀ ਉਹਨਾਂ ਦੀ ਗਿਣਤੀ ਘਟਦੀ ਗਈ ਘਟਦੀ ਗਈ ਕਿਉਂਕਿ ਮੇਰੇ ਦਿਮਾਗ ਦੇ ਵਿੱਚੋਂ ਮੈਂ ਆਰਡਰ ਕਰਤਾ ਕਿ ਮੇਰੇ ਲਈ ਮਾਇਨੇ ਨਹੀਂ ਰੱਖਦਾ ਇਸ ਲਈ ਮੈਨੂੰ ਦੇਖਣੋਂ ਵੀ ਹਟ ਗਿਆ ਸੁਣਨੋਂ ਵੀ ਹਟ ਗਿਆ ਹੁਣ ਇਸੇ ਪੱਖ ਦੇ ਵਿੱਚ ਮੈਨੂੰ ਸਲਾਹਣ ਵਾਲੇ ਪਸੰਦ ਕਰਨ ਵਾਲੇ ਮੈਨੂੰ ਰਾਏ ਦੇਣ ਵਾਲੇ ਮੈਨੂੰ ਚੰਗੀ ਰਾਹ ਦੇਣ ਵਾਲੇ ਤੇ ਮੇਰੇ ਨਾਲ ਬਹਿਸ ਕਰਨ ਵਾਲੇ ਕਿੰਨੇ ਕੁ ਚੰਗੇ ਲੋਕ ਨੇ ਮੈਂ ਉਹਨਾਂ ਵੱਲ ਧਿਆਨ ਦਿੰਨਾ ਮਰਨਾ ਨਿੰਦਿਆ ਤੇ ਵਿਰੋਧ ਆ ਜਿਹੜਾ ਉਹ ਮੈਨੂੰ ਪਾਲਿਸੀ ਕਰਦਾ ਮੈਨੂੰ ਛਾਂਗਦਾ ਧੋਖੇ ਨੇ ਜਿਹੜੇ ਉਹ ਮੈਨੂੰ ਹੋਰ ਨਿਖਾਰਦੇ ਨੇ ਮੈਂ ਇਸ ਚੀਜ਼ ਵੱਲ ਜ਼ਿਆਦਾ ਧਿਆਨ ਦੇਣਾ ਬਸ ਐਂਡ ਫਿਲਮਰ ਰਾਈਟਰ ਤੇ ਡਾਇਰੈਕਟਰ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਇੱਕ ਫਿਲਮ ਨੂੰ ਬਣਾਉਣ ਚ ਐਂਡ ਜ਼ਿੰਦਗੀ ਦਾ ਇੱਕ ਪਾਰਟ ਵੀ ਬਣ ਜਾਂਦਾ ਸਕਸੈਸ ਐਂਡ ਫੇਲਿਅਰ ਜੀ ਜਿਨ੍ਹਾਂ ਲੋਕਾਂ ਨੇ ਪਸੰਦ ਕੀਤਾ ਸ਼ੈਂਪੀ ਉਹਨਾਂ ਨੇ ਕ੍ਰਿਟੀਸਾਈਜ਼ ਨਹੀਂ ਕੀਤਾ ਵੀ ਇੱਕ ਇਹ ਹੈ ਯਾ ਕੈਰੈਕਟਰ ਮਜਾਕ ਉਡਾ ਰਹੇ ਹੈ ਯਾ ਸਰਦਾਰਾਂ ਦਾ ਮੈਨੂੰ ਸਲਾਹਣ ਵਾਲੇ ਪਸੰਦ ਕਰਨ ਵਾਲੇ ਮੈਨੂੰ ਰਾਏ ਦੇਣ ਵਾਲੇ ਮੈਨੂੰ ਚੰਗੀ ਰਾਹ ਦੇਣ ਵਾਲੇ ਤੇ ਮੇਰੇ ਨਾਲ ਬਹਿਸ ਕਰਨ ਵਾਲੇ ਕਿੰਨੇ ਕ ਚੰਗੇ ਲੋਕ ਨੇ ਮੈਂ ਉਹਨਾਂ ਵੱਲ ਧਿਆਨ ਦਿੰਦਾ ਨਿੰਦਿਆ ਤੇ ਵਿਰੋਧ ਹੈ ਜਿਹੜਾ ਉਹ ਮੈਨੂੰ ਪਾਲਿਸੀ ਕਰਦਾ ਮੈਨੂੰ ਛਾਂਗਦਾ ਧੋਖੇ ਨੇ ਜਿਹੜੇ ਉਹ ਮੈਨੂੰ ਹੋਰ ਨਿਖਾਰਦੇ ਔਰ ਕੀ ਕਦ ਛੋਟਾ ਹੋਣ ਦੇ ਵਿੱਚ ਮੇਰਾ ਕਸੂਰ ਹੈ ਜਦ ਮੇਰਾ ਕੋਈ ਕਸੂਰ ਨਹੀਂ ਹੈ ਜਦ ਮੈਂ ਕਸੂਰवार ਨਹੀਂ ਹਾਂ ਜਦ ਮੈਂ ਕੋਈ ਗਲਤ ਨਹੀਂ ਕੀਤਾ ਕੁਝ ਤਾਂ ਮੈਂ ਕਿਉਂ ਖਿਜ ਰਿਹਾ ਹਾਂ ਜਿੰਨਾ ਲੋਕਾਂ ਨੇ ਪਸੰਦ ਕੀਤਾ ਸ਼ੈਂਪੀ ਉਹਨਾਂ ਨੇ ਕ੍ਰਿਟੀਸਾਈਜ਼ ਨਹੀਂ ਕੀਤਾ ਕਿਤਨੇ ਕਿਤਨੇ ਲੋਕਾਂ ਨੇ ਇਹ ਚੀਜ਼ ਬੋਲੀ ਕਿ ਯਾਰ ਵੀ ਇਹ ਕਿਹੋ ਜਿਹਾ ਕੈਰੈਕਟਰ ਆ ਵੀ ਜਿਹੜਾ ਕਿ ਹੈਨਾ ਵੀ ਮਜ਼ਾਕ ਉਡਾ ਰਿਹਾ ਹੈ ਜਾਂ ਸਰਦਾਰਾਂ ਦਾ ਕਾਈਂਡ ਆਫ ਕਿਸੇ ਵੀ ਚੀਜ਼ ਨੂੰ ਲੈ ਕੇ ਬਟ ਤੁਸੀਂ ਕਦੀ ਇਸੇ ਜਵਾਬ ਨਹੀਂ ਦਿੱਤਾ ਤੁਸੀਂ ਹਮੇਸ਼ਾ ਆਪਣੇ ਤੇ ਆਪਣੇ ਜਿਹੜਾ ਕੰਮ ਹੈਗਾ ਉਹਦੇ 'ਤੇ ਫੋਕਸ ਰੱਖਿਆ ਨਾਲੇ ਉਹ ਲੋਕ ਚੁੱਪ ਵੀ ਹੋ ਗਏ ਉਹ ਲੋਕ ਚੁੱਪ ਵੀ ਹੋ ਗਏ ਸਾਇਲੈਂਟ ਨਹੀਂ ਤੁਹਾਡੀ ਬਿਆਨ ਕਰਤਾ ਬਟ ਮੈਂ ਜ਼ਰੂਰ ਜਾਨਣਾ ਚਾਹੂੰਗਾ ਕਿ ਪੋਜ਼ਿਟਿਵ ਤੇ 네ਗਟਿਵ ਚੀਜ਼ਾਂ ਜਦੋਂ ਨਾਲ-ਨਾਲ ਚੱਲਦੀਆਂ ਰਹਿੰਦੇ ਨੇ ਬਾਈ ਉਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਕਿਉਂਕਿ